ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੈਵੀ ਤੇ ਜਿਵੇਂ ਕਿ ਅੱਜ ਅਸੀਂ ਚੱਲੇ ਆ ਖੰਨੇ ਇਨਵੀਟੇਸ਼ਨ ਸਾਨੂੰ ਆਇਆ ਸੀਗਾ ਵੀਰ ਵੱਲੋਂ ਬ੍ਰੇਨਟਰੀ ਆਈਲਟਸ ਇਮੀਗ੍ਰੇਸ਼ਨ ਸੈਂਟਰ ਵੱਲੋਂ ਤੇ ਉੱਥੇ ਅੱਜ ਜਾਣਾ ਵਾ ਬਾਈ ਹੁਣਾਂ ਨੇ ਸਾਨੂੰ ਇਨਵੀਟੇਸ਼ਨ ਦਿੱਤਾ ਸੀ ਤੇ ਅਸੀਂ ਸਾਰੀ ਟੀਮ ਉੱਥੇ ਚੱਲੇ ਹਾਂ ਤੇ ਹੁਣ ਅਸੀਂ ਪਹੁੰਚ ਗਏ ਹਾਂ ਭਿੰਡਰ ਕਲਾਂ ਵਿੱਚ ਭਿੰਡਰ ਕਲਾਂ 'ਚੋਂ ਅਸੀਂ ਹੁਣ ਚੱਲੇ ਹਾਂ ਫਿਊਲ ਪਵਾਉਣ ਤੇਲ ਪਵਾਉਣ ਤੇ ਤੇਲ ਪਵਾ ਕੇ ਫਿਰ ਆਪਾਂ ਪਾਵਾਂਗੇ ਨੂਰ ਨੂੰ ਤੇ ਅੱਜ ਦਾ ਵਲੌਗ ਤੁਸੀਂ ਵੇਖਿਓ ਤੇ ਕਰਿਓ ਇੰਜੋਏ ਕਿਵੇਂ ਅਸੀਂ ਜਾਂਦੇ ਹਾਂ ਕੀ ਕੁਝ ਕਰਦੇ ਹਾਂ ਉੱਥੇ ਕੀ ਕੁਝ ਬਾਈ ਹੁਣਾਂ ਨੇ ਸਰਪ੍ਰਾਈਜ਼ ਦੇਣ ਹਾਂ ਠੀਕ ਹੈ ਜੀ ਤੇ ਓਕੇ ਫਿਰ ਹੈਲੋ ਜੀ ਬਾਰਿਸ਼ ਪੈ ਚੁੱਕੀ ਆ ਫੁੱਲ ਤੇ ਹਾਲ ਠੀਕ ਆ ਅਮਰ ਦੀ ਨਵੀਂ ਗੱਡੀ ਦੀਆਂ ਇਹਨੂੰ ਦਿਓ ਵਧਾਈਆਂ ਬਾਈ ਨੇ ਹਲੇ ਤੱਕ ਕਵਰ ਵੀ ਨਹੀਂ ਲਾਏ ਤੇ ਬਾਈ ਤੋਂ ਪਾਲਟੀ ਲੈਂਦੇ ਆਉਂਦੇ ਹੋਏ ਦੇਖਦੇ ਹਾਂ ਕਿਵੇਂ ਆ ਮੌਸਮ ਬਾਕੀ ਬਾਰਿਸ਼ ਤਾਂ ਪਈ ਆ ਨਹੀਂ ਆ ਅੱਜ ਬਾਰਿਸ਼ ਦਾ ਆਨੰਦ ਲੈਣ ਲਈ ਵੇਖੋ ਜੇ ਕਿਸੇ ਨੇ ਆਉਣਾ ਹੋਵੇ ਬਾਈ ਆਹ ਸਰਕਾਰੀ ਸਕੂਲ ਆ ਸਰਕਾਰੀ ਸਕੂਲ ਦਾ ਪੁੱਛ ਕੇ ਤੇ ਤੁਹਾਨੂੰ ਅਗਲੀ ਵੀ ਦਿਖਾ ਦਿੰਦੇ ਹਾਂ ਇਹਦੇ ਵਿੱਚ ਐਂਟਰ ਕਰ ਲੈਣਾ ਬਸ ਤੁਸੀਂ ਰਾਈਟ ਸਾਈਡ ਅੰਮ੍ਰਿਤ ਸਾਹਿਬ ਕੁਦਰਤ ਨੂੰ ਬਹੁਤ ਪਿਆਰ ਕਰਦੇ ਤਾਂ ਹੀ ਚਿੜੀਆਂ ਇੱਥੇ ਰੱਖਣੀਆਂ ਲਾ ਕੇ ਲਓ ਜੀ ਆਹ ਗਲੀ ਸਿੱਧੇ ਨੂਰ ਦੇ ਘਰ ਕੋਲ ਜਾਂਦੀ ਆ ਤੇ ਤੁਹਾਨੂੰ ਦਿਖਾਉਣੇ ਆ ਅੱਜ ਨੂਰ ਦਾ ਘਰ ਵੀ ਦੇਖੋ ਦੇਖਦੇ ਹਾਂ ਛਾਪਾ ਹੀ ਮਾਰਦੇ ਹਾਂ ਨੂਰ ਕੀ ਕਰਦਾ ਪਿਆ ਵਾ ਅੰਮ੍ਰਿਤ ਭਾਅ ਜੀ ਕੇਕ ਕੱਟਣ ਤੋਂ ਬਚਾਉਂਦੇ ਹੋਏ ਤੇ ਉਹਦੇ ਵਿੱਚ ਆਲਦੀ ਵੀ ਨਿਕਾਲ ਸਕਦੇ ਸੀ ਠੀਕ ਆ ਜੀ ਆਪੇ ਪੱਪਨ ਦੀ ਉਹ ਆ ਗਿਆ ਜੀ ਨੂਰ ਦਾ ਘਰ ਦੇਖੋ ਆ ਜੀ ਆਹ ਮਾਰਿਓ ਹਾਂਜੀ ਥੈਂਕ ਯੂ ਬੈਨਰ ਲੱਗਿਆ ਵਾ ਇੱਧਰੋਂ ਅਸੀਂ ਆ ਚੁੱਕੇ ਹਾਂ ਜੀ ਬਾਬਾ ਪੱਪਨ ਦੇ ਤੇ ਨੂਰ ਸਾਡਾ ਆ ਰਿਹਾ ਵਾਹ ਬਸ ਚੱਲਦੇ ਉਤਰਨਾ ਹੁੰਦਾ ਨਾ ਨੂਰ ਕਰਾਈ ਜਾਂਦਾ ਫੋਟੋ ਹਾਲੇ ਤੱਕ ਨੂਰ ਆਟਾ ਹੀ ਪਾਈ ਜਾਂਦਾ ਵਾ ਸਤਿ ਸ਼੍ਰੀ ਅਕਾਲ ਜੀ ਆਂਟੀ ਹਾਂ ਵੀ ਮੁਲਾਜ਼ਮਾ ਤਾਂ ਜਥੇਦਾਰ ਬਣੇ ਫਿਰਦੇ ਹੋ ਨਾ ਜੀ ਅਸੀਂ ਛੱਕ ਕੇ ਆਏ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਹੋਰ ਕੀ ਬਣਾਉਣੇ ਅੱਜ ਵੇਖੋ ਜੀ ਨੂਰ ਕੇ ਘਰੇ ਕੀ ਬਣ ਰਹੀ ਆ ਸਬਜ਼ੀ ਤੇ ਨੂਰ ਦੀ ਮੰਮੀ ਪੂਰੀ ਮਿਹਨਤ ਕਰਦੀ ਹੋਈ ਤੇ ਕੱਲ ਦੀਆਂ ਤਿਆਰੀਆਂ ਜੀ ਕੱਲ ਨੂੰ ਜਾਣਾ ਚਲੋ ਅੱਜ ਤੁਸੀਂ ਕੱਪੜੇ ਕੁਪੜੇ ਪ੍ਰੈਸ ਕਰਕੇ ਆਡੋ ਤੇ ਕੱਲ ਮੇਰੇ ਤੋਂ ਹੋਈ ਨੀ ਕੱਪੜੇ ਪ੍ਰੈਸ ਉਵੇਂ ਹੀ ਪਾਇਆ ਹਾਂ ਅੰਕਲ ਕਿੱਥੇ ਚੱਲੇ ਆਪਾਂ ਬ੍ਰੇਨਟਰੀ ਹਾਂ ਉਹਨਾਂ ਵੀਰਾਂ ਨੇ ਇਨਵੀਟੇਸ਼ਨ ਦਿੱਤਾ ਵਾ ਤੇ ਚੱਲੀਏ ਰੈਡੀ ਹਾਂ ਨੂਰ ਨੇ ਖਾਲੀ ਰੋਟੀ ਸੱਤੂ ਨੀ ਸੱਤੂ ਥੋੜਾ ਜਿਹਾ ਉਹ ਆਪਾਂ ਚੱਲੀਏ ਵੀ ਨੂਰ ਬੈਠ ਚੁੱਕਿਆ ਨੂਰ ਸਾਡੇ ਨਾਲ ਤੇ ਉਹਨਾਂ ਦਾ ਫਾਦਰ ਸਾਹਿਬ ਤੇ ਬਹੁਤ ਹੀ ਜਲਦ ਪਹੁੰਚਦੇ ਆ ਖੰਨੇ ਬਾਬਾ ਸੌਖ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਉਹ ਜੀ ਮੌਸਮ ਹੈਗਾ ਪੂਰਾ ਹੀ ਨਜ਼ਾਰੇਦਾਰ ਤੇ ਵਧੀਆ ਮੌਸਮ ਆ ਹਾਂ ਨੂਰ ਕਿਵੇਂ ਲੱਗ ਰਿਹਾ ਇੰਨਾ ਹੌਲੀ ਬਹੁਤ ਵਧੀਆ ਥੈਂਕ ਯੂ ਇੰਨਾ ਤੇਜ਼ ਬੋਲਣ ਲਈ ਲਓ ਜੀ ਬਾਰਿਸ਼ ਹੋ ਗਈ ਆ ਫਿਰ ਸਟਾਰਟ ਤੇ ਮੌਸਮ ਫਿਰ ਵਧੀਆ ਤੇ ਨੂਰ ਫਿਰ ਉਹ ਸੌ ਗਿਆ ਦੇਖੋ ਜੀ ਨੂਰ ਸੁੱਤਾ ਪਿਆ ਵਾ ਨੂਰ ਚੱਲ ਸੌ ਲੈਂਦੇ ਅੰਕਲ ਸੌ ਲੈਂਦੇ ਨੂਰ ਗਿਆ ਸੌ ਕਿਵੇਂ ਥੱਕ ਬਹੁਤ ਗਿਆ ਸੀ ਐਨਕਾਂ ਨਹੀਂ ਛੱਡਦਾ ਘੜੀ ਬੰਨੀ ਆ ਨਵੇਂ ਕੱਪੜੇ ਪਾਏ ਆ ਆ ਗਿਆ ਮੋਰ ਕਰੀਮ
ਹੋਰ ਕਰੀਮ ਸੀ ਪਰ ਦਾ ਜਗਾ ਤੋਂ ਰੋਟ ਨਹੀਂ ਖਾ ਕੇ ਆਇਆ ਹਾਂ ਹਾਂ ਸੁੱਤੇ ਦੀ ਵੀਡੀਓ ਬਣਾ ਲਈ ਅਸੀਂ ਉੱਠ ਖੜਿਆ ਅੰਕਲ ਕੀ ਨਵੇਂ ਕੱਪੜੇ ਲੈ ਕੇ ਦੇਣੇ ਆ ਮੈਨੂੰ ਮੈਨੂੰ ਕੱਪੜੇ ਦਾ ਕਹੇਗਾ ਜੀ ਹੈਂ ਕੀ ਕਹੇਗਾ ਮਾਸੀ ਨੂੰ ਤੇ ਤੂੰ ਆਏ ਤਾਂ ਕਹੇਗਾ ਮਾਸੀ ਵੀਰੇ ਨੂੰ ਵੀ ਲੈ ਕੇ ਦੇਣੇ ਮੈਂ ਤੇ ਕਹੇਗਾ ਤਾਂ ਸਹੀ ਤੂੰ ਆਪ ਹੱਕ ਚ ਤਾਂ ਯਾਰ ਤੂੰ ਮੇਰੇ ਹੱਕ ਚ ਕਾਹਤੋਂ ਨੀ ਖੜਦਾ ਆਹੋ ਲੈ ਦੇਣਾ ਜਦੋਂ ਤੂੰ ਕਹਿਤਾ ਮਾਸੀ ਮੈਨੂੰ ਨੀ ਪਤਾ ਵੀਰੇ ਨੂੰ ਵੀ ਲੈ ਕੇ ਦੇ ਸੋਸਤੀ ਭਈਆ ਸਾਡੇ ਬੋਰਡ ਨੇ ਰਹੀਆਂ ਕੱਲੀ ਨਾ ਤੇ ਬੱਸ ਸਟੈਂਡ ਆਪਣੇ ਪੈਰਾਂ ਦੇ ਖੜੀ ਆਪਣੇ ਮਾਂ ਬਾਪ ਦਾ ਨੌਸ਼ਨ ਕਰ ਚੁੱਕੀ ਹੈ 7 ਸਾਲ ਦੀ ਉਮਰ ਦੂਜੀ ਚ ਪੜ੍ਹਦੀ ਹੈ ਤੇ ਬੇਟਾ ਤੂੰ ਬੜਾ ਹੋ ਕੇ ਕੀ ਬਣੇਗੀ ਪੁਲਿਸ ਚ ਜਾਏਗੀ ਤੇ ਪੁਲਿਸ ਜਾ ਕੇ ਕੀ ਕਰੇਗੀ ਕੀ ਕਰੇਗੀ ਦੱਸ ਕਿਉਂਕਿ ਲੀਡਰ ਬਣੇਗੀ ਕਿ ਫਿਲਮਾਂ 'ਚ ਜਾਏਗੀ ਇਹਦੀ ਪਿੱਕ ਹੋ ਗਈ ਆ ਜਾਓ ਹੋ ਗਈ ਯਾਰ ਸਰਪੰਚ ਦੀ ਕੁੜੀ ਵੀ ਫੇਲ ਹੋ ਗਈ ਮੈਂ ਤੇਰਾ ਪੁੱਛਿਆ ਯਾਰ ਤੂੰ ਕਿਹੜਾ ਡੀਸੀ ਲੱਗਾ
मैं तेरा रखड़ा मारना मैं तेरा पूछा तू आपका दस ਸਤਿਕਾਰ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਥੈਂਕਸ ਕਰਦਾ ਪਰਮਾਤਮਾ ਦਾ ਕਿ ਅੱਜ ਸਾਡੇ ਲਈ ਬਹੁਤ ਹੀ ਭਾਗਾਂ ਵਾਲਾ ਦਿਨ ਚੜ੍ਹਿਆ ਕਿਉਂਕਿ ਇੱਕ ਤਾਂ ਸਾਡਾ ਅੱਜ ਸਾਨੂੰ ਜੋ ਕੈਨੇਡਾ ਦਾ ਵੀਜ਼ਾ ਉਹ ਸਟੈਪ ਹੋ ਕੇ ਪ੍ਰਾਪਤ ਹੋਏ ਆ ਜੋ ਕਿ ਦਰਬੀਰ ਕੌਰ ਸ਼ਾਂਤਪੁਰ ਤੋਂ ਬਿਲੋਂਗ ਕਰਦੇ ਨੇ ਲੱਖੋਵਾਲ ਤੋਂ ਮਤਲਬ ਇਹਨਾਂ ਦਾ ਵੀਜ਼ਾ ਆਇਆ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਜਪਾਨ ਸਾਹਿਬ ਨੂੰ ਮੇਰੇ ਸਾਥੀ ਖੜੇ ਨੇ ਪੁਸ਼ਪਿੰਦਰ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਦੂਜੀ ਵੱਡੀ ਗੱਲ ਇਹ ਹੈ ਕਿ ਅੱਜ ਸਾਡੇ ਕੋਲ ਦੋ ਸਟਾਰ ਜੋ ਜਿਨ੍ਹਾਂ ਨੇ ਡਿਸਟ੍ਰੀਬਿਊਟ ਵੀਜ਼ਾ ਇਹਨਾਂ ਨੂੰ ਹੈਂਡ ਓਵਰ ਕਰਨਾ ਅੱਜ ਸਾਡੇ ਕੋਲ ਵਰਲਡ ਫੇਮਸ ਟਿਕਟੋਕ ਸਟਾਰ ਨੂਰ ਸਾਡੇ ਕੋਲ ਆਈ ਹੈ ਅਤੇ ਉਹਨਾਂ ਦੇ ਨਾਲ ਮੇਰਾ ਭਰਾ ਫੁੱਫਾ ਬੌਂਕਰ ਸਾਡੇ ਕੋਲ ਪਹੁੰਚਿਆ ਕਿਉਂਕਿ ਮੈਂ ਥੋੜ੍ਹਾ ਜਿਹਾ ਇਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਜੋ ਟਿਕਟੋਕ ਸਟਾਰ ਨੂਰ ਹੈ ਇਹਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਆਪਣੀ ਜੋ ਕਾਬਲੀਅਤ ਹੈ ਉਹਨੂੰ ਦਿਖਾਇਆ ਕਿ ਤੁਸੀਂ ਪਿੱਛੇ ਜੇ ਕੌਮ ਬੈਠੇ ਸੀਗੇ ਤਾਂ ਇਹਨਾਂ ਦੀਆਂ ਵੀਡੀਓਆਂ ਦੇ ਰਾਹੀਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਇੱਕ ਮੁਸਕਰਾਹਟ ਲੈ ਕੇ ਆਉਂਦੀ ਹੈ ਸੋ ਉਸ ਟਾਈਮ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਪੈਸ਼ਲ ਤੌਰ 'ਤੇ ਨੂਰ ਨੂੰ ਬੁਲਾਇਆ ਇਹਨਾਂ ਦੇ ਨਾਲ ਲੰਚ ਵੀ ਕੀਤਾ ਅਤੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਸੋ ਮੈਂ ਸਿਰਫ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਜਿੱਦਾਂ ਅੱਜ ਕਰਮੀਰ ਦਾ ਵੀਜ਼ਾ ਆਇਆ ਉਸੇ ਤਰ੍ਹਾਂ ਆਪਾਂ ਕਈ ਲੋਕ ਇਹ ਸੋਚਦੇ ਹਾਂ ਵੀ ਕੁੜੀਆਂ ਜੰਮਣ ਤੋਂ ਡਰਦੇ ਹਾਂ ਬਹੁਤ ਭਰੂਣ ਹੱਤਿਆ ਹੋ ਰਹੀ ਹੈ ਸੋ ਮੈਂ ਅਸੀਂ ਅੱਜ ਬਰੇਂਟਰੀ ਦੇ ਵਿੱਚ ਬੁਲਾ ਕੇ ਨੂਰ ਨੂੰ ਬੁਲਾ ਕੇ ਜਾਂ ਮੇਰੇ ਸੁੱਖੇ ਵੀਰ ਨੂੰ ਬੁਲਾ ਕੇ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅੱਜ ਇਹਨਾਂ ਕੁੜੀਆਂ ਦੇ ਕਰਕੇ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਰੋਸ਼ਨ ਹੋਇਆ ਸਾਡੇ ਪੰਜਾਬ ਦਾ ਸਾਡੇ ਇੰਡੀਆ ਦਾ ਵਰਲਡ ਦੇ ਵਿੱਚ ਇਹਨਾਂ ਦੇ ਕਰਕੇ ਨਾਮ ਰੋਸ਼ਨ ਹੋਇਆ ਪਤਾ ਲਈਏ ਸੋ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਟਿਕਟੋਕ ਸਟਾਰ ਸਾਡੇ ਕੋਲ ਨੂਰ ਆਈ ਹੈ ਉਹਦੇ ਨਾਲ ਮੇਰਾ ਭਰਾ ਗੈਵੀ ਭਿੰਡਰ ਕਲਾਂ ਤੋਂ ਜੋ ਇਹਦੇ ਨਾਲ ਵੀਡੀਓ ਬਣਾਉਂਦੇ ਨੇ ਉਹ ਵੀ ਆਏ ਨੇ ਅਤੇ ਸੁੱਖਾ ਬੌਂਕਰ ਮੇਰਾ ਭਰਾ ਕਿਉਂਕਿ ਮੈਂ ਆਪਣੇ ਅੱਖੀ ਇਹਨਾਂ ਦੋਨਾਂ ਨੂੰ ਦੇਖਿਆ ਕਿ ਇਹਨਾਂ ਨੇ ਇੱਕ ਮਿਡਲ ਫੈਮਿਲੀ 'ਚੋਂ ਉੱਠ ਕੇ ਆਪਣਾ ਜੋ ਵਰਡ ਦੇ ਵਿੱਚ ਦੋਨਾਂ ਨੇ ਲੋਹਾ ਮਨਵਾਇਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਸੁੱਖੇ ਵੀਰ ਦਾ ਅਤੇ ਨੂਰ ਦਾ ਇੱਥੇ ਆਉਣ 'ਤੇ ਸਾਰੇ ਬਰੇਂਟਰੀ ਸਟਾਫ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜਿੱਥੇ ਮੈਂ ਧੰਨਵਾਦ ਕਰਦਾ ਉੱਥੇ ਹੀ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸਾਡੇ ਗੁਰਵੀਰ ਕੌਰ ਜੀ ਨੂੰ ਜਿਨ੍ਹਾਂ ਦਾ ਅੱਜ ਵੀਜ਼ਾ ਸਟੈਂਪ ਹੋ ਕੇ ਕੈਨੇਡਾ ਦਾ ਆਇਆ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਹੁਣ ਮੈਂ ਵੀਜ਼ਾ ਖੋਲ੍ਹਾਂਗਾ ਅਤੇ ਮੈਂ ਟਿਕਟੋਕ ਸਟਾਰ ਸਾਡੇ ਨੂਰ ਦਾ ਕਿ ਉਹ ਜਿਹੜਾ ਵੀਜ਼ਾ ਹੈ ਗੁਰਵੀਰ ਕੌਰ ਨੂੰ ਹੈਂਡ ਓਵਰ ਕਰਾਂ
ਬਹੁਤ ਮੁਬਾਰਕਾਂ ਗੁਰਵੀਰ ਕੌਰ ਨੂੰ ਤੇ ਮੈਂ ਭਾਗਾਂ ਵਾਲੀ ਧਰਤੀ ਸਮਝਦਾ ਸਾਡੇ ਖੰਨਾ ਸ਼ਹਿਰ ਦੀ ਇਸ ਧਰਤੀ ਨੂੰ ਜਿੱਥੇ ਅੱਜ ਨੂਰ ਵਰਗੀ ਟਿਕਟੌਕ ਸਟਾਰ ਅੱਜ ਇੱਥੇ ਆਈ ਹੈ ਤੇ ਮੇਰਾ ਵੀਰ ਸੁੱਖਾ ਬੌਂਸਰ ਸਾਡੇ ਕੋਲ ਪਹੁੰਚਿਆ ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਥੈਂਕਸ ਤੇ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਆਪਣਾ ਵੀਜ਼ਾ ਕਰਵਾਉਣਾ ਚਾਹੁੰਦੇ ਹੋ ਬੈਂਡ ਘੱਟ ਨੇ ਗੈਪ ਜ਼ਿਆਦਾ ਤਾਂ ਤੁਸੀਂ ਇੱਕ ਵਾਰੀ ਆਪਣੇ ਡਾਕੂਮੈਂਟ ਲੈ ਕੇ ਸਾਨੂੰ ਗਰੰਟੀ ਆਇਲ ਸਟੱਡੀ ਸੈਂਟਰ ਖੰਨਾ ਵਿਖੇ ਆ ਕੇ ਮਿਲੋ ਤਾਂ ਜੋ ਅਸੀਂ ਤੁਹਾਡੇ ਵੀ ਬਾਹਰ ਜਾਂਦੇ ਉਸ ਸੁਪਨੇ ਨੇ ਉਹਨਾਂ ਨੂੰ ਪੂਰਾ ਕਰ ਸਕੀਏ ਸਤਿ ਸ਼੍ਰੀ ਅਕਾਲ ਜੀ ਹੁਣ ਮੈਂ ਇੱਕ ਮੈਸੇਜ ਨੂਰ ਤੋਂ ਲੈਣਾ ਚਾਹੁੰਦਾ ਹਾਂ ਕਿ ਉਹ ਗਰੰਟੀ ਬਾਰੇ ਕੀ ਕਹਿਣਾ ਚਾਹੁੰਦਾ ਜੀ एक होर बनाउणी आ क्लिप देखना मैं कहना हां भी देखना किवें आ मैं ठीक है किवें लगया बहुत बना दे लेकिन नवी चीज ठीक है तू कहेगा मैं कहना आ जा नूर तेरे के मौसम ठंडा करा दा सी ठीक है अब खाना खा ले फिर नाजी जी आ जाऊगी तेरे लंच होया फ्री लंच खा के निकल रहे हैं हम थोड़े टाइम बाद थोड़ा भाई होने को काम कर रहे हैं पेंट वाल जी किवें सीगा अमरत जी बेस्ट संदीप जी एंड बिट्टू मामा बेस्ट हेलो ओके जी थैंक यू वीरे होना दा वीरे होनी उथे फाइनली इथों निकल चुके हैं थैंक यू मैडम थैंक यू मैडम खाना बहुत वधिया सी टेस्टी सी चलो जी चलो जी फाइनली असि हम तुरनी लगे हाँ बस जाके फिर कर दें लो जी फाइनली आप चले हमने तो सारी टीम बैठ गई है बिच नाल आप भी बैठी है हार हूर नूर वाहवा कुछ ले आया भाई आइसक्रीम भी खाती आ सलाह भी नहीं मारी सलाह किने मारनी फिर तुझे तो नहीं खानी मगर है तेरे को कैमरे तक सेंसर चलो जी चले हां मिलते हैं हम थोनू नेक्स्ट वीडियो च बाय बाय यू टेक केयर ध्यान रखो अपना।